अस्सलाम वालेकुम। मैं एहसान कमियाना ते अज आपां पार्टीशन दे एक होर चश्मदीद गवाह नाल मिलवाण जा रहे हां तुहानूं, जिहड़े उस वक्त दे विच घुमियारां दा वी काम करदे सन। ते तुसीं वी सानूं अपनियां वीडियोज़ शेयर कर सकदे जे वट्सएप ते बना के, जिहड़े अगर तुहाडे कोल कोई वी इस तरहां दा बजुर्ग हैं जिन्हां दे कोल पार्टीशन दे हवाले नाल कोई मालूमात है ਤੇ ਬਿਲਕੁਲ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ। ਅਸਲਾਮ ਅਲੈਕਮ। ਅਸਲਾਮ ਅਲੈਕਮ। ਵਾਲੇਕਮ ਸਲਾਮ ਜੀ ਰਹਿਮਤ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਸਾਡਾ ਨਾਂ ਅਲਾਦੀਨ। ਅਲਾਦੀਨ ਤੇ ਪਿੱਛੇ ਰਹਿਸ਼ ਕਿਹੜੀ ਜਗ੍ਹਾ ਦੀ ਹੈ, ਕਿਹੜੇ ਪਿੰਡ ਦੀ ਤੁਹਾਡੀ? ਸਾਡੀ ਸਾਡੀ ਰਹਿਸ਼ ਦਾ ਕੋਈ ਪਤਾ ਨਹੀਂ, ਮੈਨੂੰ ਤਾਂ ਸੋਰੀ ਨਹੀਂ। ਫਿਰ ਅਸੀਂ ਇੱਥੇ ਆ ਗਏ ਆਪਣੇ ਪਿੰਡ ਦੇ ਵਿੱਚ। ਇਸ ਵਿੱਚ ਖਤਰੀ ਹੁੰਦੇ ਸਨ। ਅੱਛਾ। ਤੈਨੂੰ ਨਹੀਂ ਪਤਾ ਰੋਮ ਰੁੱਤੇ ਸੁਣੇ ਹੋਏ ਨੀ? ਨਹੀਂ। ਉਹਨਾਂ ਦੇ ਵਿਹੜੇ 'ਚ ਚਗੱਤਾ ਸੁਨਾਰਾ ਹੁੰਦਾ ਸੀ, ਉਹ ਹਿੰਦੂ ਸੀ। ਅੱਛਾ। ਉਹ ਚੌਂਤਰੇ 'ਤੇ ਨਹੀਂ ਚੜਨ ਦਿੰਦੇ ਸੀ। ਅੱਛਾ। ਫਿਰ ਜਿਸ ਵੇਲੇ ਹਲ ਜੁਲ ਹੋਈ ਪਾਕਿਸਤਾਨ ਤੇ ਹਿੰਦੁਸਤਾਨ ਇਹਨਾਂ ਮੀਟਿੰਗ ਬਣਾਈ ਵੀ ਤੁਸੀਂ ਆਪੋ ਆਪ ਨਿਕਲ ਜਾਓ, ਇਹ ਜੰਗਲੇ ਖੁੱਲ੍ਹੇ ਛੱਡ ਗਏ। ਜਿੰਨੇ ਕੋਈ ਖਤਰੇ ਸੀ, ਇੱਕ ਕਿਰਿਆਣਾ ਇੱਥੇ ਲੰਬਰਦਾਰ ਦੀ ਹੱਟੀ ਕੋਲ ਸੀ, ਇੱਕ ਲਾਲੇ ਪਾਕ ਦੀ ਹੱਟੀ ਕੋਲ ਸੀ, ਇੱਕ ਜਿੱਥੇ ਮਨਜ਼ੂਰ ਵਧੀਆ ਕਰਿਆ ਉੱਥੇ। ਅੱਛਾ। ਫਿਰ ਛੱਡ ਕੇ ਗਏ ਚਲੇ ਉਦੋਂ ਜਿਹੜੇ ਨੇ, ਆਹ ਜਿਹੜਾ ਆਪਣਾ ਸਾਬਰ ਤੇਲੀ ਇਹ ਉਦੋਂ ਆਇਆ। ਅੱਛਾ। ਬਾਬਾ ਖੈ ਇਹ ਐਡੇ ਡੇ ਬਾਬਾ ਖੈ ਜੀ ਨਹੀਂ ਚਾਹ। ਅੱਛਾ। ਉਦੋਂ ਇਹਦੇ ਲਾਗੇ ਜਿਹੜੇ ਇਹਦੇ ਸੀ ਉਹ ਦਰਬਾਰ ਹੈ। ਫਿਰ ਲੁੱਟ ਮਾਰ ਹੋਣੀ ਸ਼ੁਰੂ ਹੋ ਗਈ, ਨਵ ਜਿਹੜੇ ਲੁੱਟਣੇ ਆਏ ਲੁੱਟ ਕੇ ਪਿੰਡਾਂ ਨੇ ਲੁੱਟ ਲਿਆ, ਉਹਦੇ ਨੇ ਉਹਦੇ ਲੁੱਟ ਲਿਆ। ਅੱਛਾ। ਇਹ ਵਿਹਲੇ ਹੋ ਗਏ। ਅੱਛਾ। ਇਸ ਲਈ ਵਿਹਲੇ ਹੋ ਗਏ ਨਾ, ਇੱਥੋਂ ਸਿੱਖਾਂ ਦਾ ਪਿੰਡ ਹੈ ਉਹ ਜਿਹੜਾ ਇੱਕ ਚੱਕਰ ਉਹ ਕਿਹਾ ਉਹ ਸਿੱਖਾਂ ਦਾ ਪਿੰਡ। ਅੱਛਾ। ਇੱਥੋਂ ਗਏ ਚਲੇ ਲੁੱਟ ਮਾਰ ਖਾਣ ਵਾਲੀ ਆ ਬੇਲਦਾਰ ਸਾਰੇ ਲੋਕ ਨਾ ਕਿਆ ਖੋਤੇ ਨੇ ਆ ਗਏ ਮਹਾ ਚੰਗਾ। ਅੱਛਾ। ਜਿੱਥੇ ਗਏ ਨਾ ਸੱਤ ਵਾਲੀ ਪੁਲ ਤੇ ਉੱਥੇ ਫੈਰਲ ਸ਼ੁਰੂ ਹੋ ਗਈ। ਅੱਛਾ। ਸਾਨੂੰ ਚੱਲਣ ਦੇ ਘਰਾਂ ਨੂੰ ਮਾਰ ਇਹ ਉਧਰੇ ਕੋਈ ਮਾਲ ਛਿੱਕ ਲਿਆ, ਕੋਈ ਤਾਂਬੀਆ ਛਿੱਕ ਲਿਆ, ਬਾਲਟੀਆਂ ਛਿੱਕ ਲਿਆ, ਕੜਾਹੀਆਂ ਲਿਆ। ਅੱਛਾ। ਇਸ ਵੇਲੇ ਇਤਨੀ ਗੱਲ ਹੋਏ ਨਾ, ਇਸ ਵੇਲੇ ਰੁੱਖਾਂ ਦੇ ਹੇਠ ਮੰਜੀਆਂ ਡਾਂਹਦੇ ਸਨ ਰੁੱਖਾਂ ਦੇ ਥੱਲੇ। ਅੱਛਾ। ਵੀ ਸਿਰਕਟ ਵੀ ਨਹੀਂ ਛਿੱਕਣ ਦੇਣੀ, ਉਹ ਤੋਂ ਜਾਜ ਲੈਂਦੇ ਸਿੱਖਾਂ ਨੇ। ਅੱਛਾ। ਐਡੀ ਕੁ ਸਿਰਕਟ ਹੁੰਦੀ ਹੈ, ਇੰਨਾ ਚਾਨਣ ਹੁੰਦਾ ਹੈ ਜਿਹੜਾ ਉਸਲਾ ਵੇਂਦਾ ਵੀ ਇਹ ਫੈਰ ਮਾਰ ਗਈ, ਉਹਨੂੰ ਸਿਰਕਟ ਨਹੀਂ ਛਿੱਕਣ ਲੈਣੀ। ਬਸ ਸਾਨੂੰ ਗਾਜਣੀ ਲਾ ਦਿੱਤੀ। ਅੱਛਾ। ਗਾਜਣੀ ਨਾਲ ਲਿੰਬ ਦਿੱਤਾ ਦਿੱਸੇ ਨਾ, ਮਾਂ ਜਿੱਦਣ ਮਰਜ਼ੀ ਮੋਟਰਾਂ ਲੱਗੀਆਂ ਜਾਣ। ਅੱਛਾ ਜੀ। ਜਿਸਲੇ ਸਿੱਖ ਜਿਹੜੇ ਸਨ ਨਾ ਮੁਸਲਮਾਨਾਂ ਦੇ ਬੱਚੇ, ਉਹਨਾਂ ਬਰਛਾਂ ਦੇ ਵਿੱਚ ਟੰਗ ਤੇ ਉਤਾਰੇ। ਬਸ ਬੱਚੇ ਟਾਂਗ ਦਿੱਤੇ? ਟਾਂਗ ਦਿੱਤੇ ਉਤਾਰੇ, ਬਰਛੀਆਂ ਪੁਆ ਦਿੱਤੀਆਂ, ਬਾਲਾਂ ਨੂੰ ਮਾਰ ਦਿੱਤਾ। ਅੱਛਾ। ਇਹਨਾਂ ਵੀ ਥੋੜ੍ਹੇ ਵੀ ਕਰਨੀ ਸੀ ਆ ਸ਼ਰਾਬ ਪਾ ਜਿਹੜਾ ਉਡਾਲ ਜੀ ਉੱਥੇ ਸਿੱਖਣੀਆਂ ਮਾਰ ਮਾਰ ਕੇ ਬਈ ਛੱਟੀਆਂ ਨੇ। ਅੱਛਾ। ਮਾਰ ਮਾਰ ਤੁਸੀਂ? ਹਾਂਜੀ, ਵੇ ਛੱਟੀਆਂ ਨੇ ਖੂਹ ਦੇ ਵਿੱਚ, ਡਲ ਦੇ ਵਿੱਚ ਸਿੱਖਣੀਆਂ ਜਿੱਥੇ ਉਹ ਖੰਭਾ ਲੱਗਾ ਹੋਇਆ ਹੈ ਉੱਥੇ। ਕਿੰਨੀਆਂ ਕੁ ਮਾਰੀਆਂ ਉਸ? ਹਾਂਜੀ, ਇਹਨਾਂ ਕਿੰਨੀਆਂ ਕੁ ਮਾਰੀਆਂ? ਇਹਨਾਂ ਕੀ ਪਤਾ ਕਿੰਨੀਆਂ ਮਾਰੀਆਂ, ਮਾਰ ਮਾਰ ਕੇ ਵਿੱਚ ਛੱਟੀ ਗਏ। ਅੱਛਾ। ਇਹਨਾਂ ਵੀ ਕਸਰ ਨਹੀਂ ਛੱਡੀ।
ਉਹਨਾਂ ਮੇਰੀ ਕਸਰ ਛੱਡੀ, ਮੁਸਲਮਾਨਾਂ ਵੀ ਕਸਰ ਨਹੀਂ ਛੱਡੀ ਤੇ ਸਿੱਖਾਂ ਵੀ ਕਸਰ ਨਹੀਂ ਛੱਡੀ, ਸਿੱਖਾਂ ਨੇ ਛੱਡੀ। ਜਿਸਨੇ ਉਦੋਂ ਆਪਣਾ ਮਾਣ ਅਮਾਣ ਆਪਣਾ ਮਾਣ ਹੋਇਆ ਆਰਾਮ ਆਇਆ, ਉਸਨੇ ਉਹਦੇ ਇੱਧਰ ਆ ਗਏ ਇਹਦੇ ਉੱਧਰ। ਪੰਜ ਕੁ ਪੰਧ ਸਿਰਫ ਮੇਰੇ ਨਾਨਕਿਆਂ ਦੇ ਕੋਲ ਪੰਜ ਕੁ ਪੰਧ ਹੈ ਸਿਰਫ, ਉਹ ਹਿੰਦੁਸਤਾਨ। ਅੱਛਾ, ਹੋਰ ਚਰਾ ਲੈ ਫਿਰ ਤੇਰੇ ਮਾਲ ਲੈਂਦੇ ਦਿੰਦੇ ਵੀ ਹੈ ਨੇ, ਇਹਦਾ ਨਹੀਂ ਹੁਣ ਵੀ ਲੈਂਦੇ ਦਿੰਦੇ ਨੇ, ਤੈਨੂੰ ਲੋੜ ਪਵੇ ਮਤਬਲ ਲੈ ਜਾ, ਉਹਨਾਂ ਨੂੰ ਲੋੜ ਪਵੇ ਉਹ ਵੀ ਲੈ ਜਾ, ਪਰ ਆਪਦੇ ਹੱਦ 'ਚ ਹੁੰਦਾ ਨਹੀਂ ਆਗਾ ਟੱਪਾਂ ਦੇਣਾ, ਉਹਨਾਂ ਹੱਦ ਬੜਾ ਹੈ ਉੱਥੋਂ ਲੰਬਾ ਹੱਥ ਕਰਕੇ ਦੇਣਗੇ ਵੀ ਆ ਲੈ ਜਾ, ਇਹ ਨਵੀਂ ਐਵੇਂ ਕਰਨੀ। ਅੱਛਾ, ਇਸ ਲਈ ਇੰਨੀ ਗੱਲ ਹੋਈ ਨਾ, ਉਸ ਵੇਲੇ ਮੀਆਂ ਜੀ ਆਪੋ ਆਪਣੇ ਥਹਿਮੇ ਲੱਗ ਗਏ, ਸਲੂਕ ਕਰ ਬੇ ਹੋਣ ਨਾ ਅਸੀਂ ਤੁਹਾਨੂੰ ਛੇੜਨੇ ਅਤੇ ਨਾ ਤੁਸੀਂ ਸਾਨੂੰ ਛੇੜੋ। ਅੱਛਾ, ਮੇਰੇ ਪੁੱਤ ਇੰਨੀ ਕੁ ਗੱਲ ਹੈਗੀ ਜਿਹੜੀ ਮੈਂ ਤੈਨੂੰ ਸੁਣਾ ਦਿੱਤੀ। ਅਤੇ ਦਾਦੀ ਉਮਰ ਉਸ ਵਕਤ ਕਿੰਨੀ ਕੁ ਹੈਗੀ ਹੈ, ਹੈਂ ਉਮਰ ਤੇਰੀ ਕਿੰਨੀ ਕੁ ਹੈਗੀ ਹੈ ਉਸ ਵਕਤ? ਮੇਰੀ ਤਾਂ ਸਾਰੀ 8-9 ਸਾਲਾਂ ਦੀ ਉਮਰ ਆਈ ਅਸਲ ਵਿੱਚ। ਇਥੋਂ ਨਿਕਲ ਕੇ ਇਹਨਾਂ ਜ਼ੁਲਮ ਮੁਸਲਮਾਨਾਂ ਨੇ ਉਹਨਾਂ ਦੇ ਕੀਤੇ, ਉਹਨਾਂ ਕੋਲ ਜਿਹੜੇ ਮਾਲ ਡੰਗਰ ਹੈਗੇ ਆ, ਜਾਨਵਰ ਹੈਗੇ ਆ, ਜਾਂ ਕੋਈ ਘਰ ਦਾ ਸਮਾਨ ਆ, ਉਹ ਇਹਨਾਂ ਖੋਹ ਲਿਆ। ਖੋਹ ਲਿਆ, ਉਹ ਤਾਂ ਛੱਡ ਜੂ ਗਏ। ਨਹੀਂ ਛੱਡ ਗਏ, ਨਾਲ ਵੀ ਤਾਂ ਕੁਛ ਲੈ ਕੇ ਗਏ ਕਿ ਨਹੀਂ ਗਏ? ਉਹਨਾਂ ਕੁਛ ਵੀ ਨਹੀਂ, ਖਾਲੀ। ਅੱਛਾ, ਹੱਥ ਖਾਲੀ, ਜਿਹੜਾ ਮਾਲ ਹੈ ਵਸ ਵਾਲੇ ਵਾ ਭਾਂਡਾ ਮੰਜੀ ਇੱਥੇ ਛੱਡ ਗਏ, ਕੋਈ ਸ਼ਾਇਦ ਨਹੀਂ ਲੈ ਗਏ। ਤੇ ਜਦੋਂ ਉਹ ਇੱਥੇ ਰਹਿੰਦੇ ਸੀ ਸਾਰੇ, ਹਾਂਜੀ, ਇੱਕ ਦੂਸਰੇ ਲਿਆਵਣ ਜਾਵਣ ਉਹ ਉਹਦਾ ਸਹੀ ਆ? ਸਹੀ ਆ, ਕਿਉਂ ਇਕੱਠੇ ਜੋ ਹੈ। ਅੱਛਾ, ਮੁਸਲਮਾਨ ਤੇ ਹਿੰਦੂ ਇਕੱਠੇ ਸਨ। ਅੱਛਾ, ਹਾਜੀ ਆ ਕੰਮਾਂ ਇਹ ਵੀ ਸਿੱਖਾਂ ਦਾ ਹੀ। ਆਹੋ, ਹਾਂਜੀ, ਲੈਂਦੇ ਦਿੰਦੇ ਸਨ ਉਸ ਵੇਲੇ, ਜਿਵੇਂ ਹੁਣ ਆਪਾਂ ਇੱਕ ਦੂਜੇ ਲੈਂਦੇ ਹਾਂ ਵੀ ਆ ਮਤਬਲ ਸਾਨੂੰ ਚਾਹੀਦਾ ਹੈ, ਉਹਨਾਂ ਦੇ ਦੇਣਾ। ਅੱਛਾ, ਇਹ ਤਾਂ ਉਹ ਜਿਸ ਵੇਲੇ ਹਰ ਜੋ ਲੋਈਏ ਤਾਂ ਉਸ ਵੇਲੇ ਆਹ ਕੰਮ ਖਰਾਬ ਹੋਇਆ, ਇਹ ਵੀ ਖੁੱਲ੍ਹੇ ਬੂਹੇ ਛੱਡ ਗਏ, ਉਹਦੇ ਲਈ ਵੀ ਖੁੱਲ੍ਹੇ ਬੂਹੇ ਛੱਡ ਗਏ, ਖਾਲੀ ਇੱਥੇ ਗਏ। ਅਤੇ ਤੁਸੀਂ ਜੋ ਘੁਮਿਆਰਾਂ ਵਾਲਾ ਕੰਮ ਕਰਦੇ ਰਹੇ ਜੇ, ਉਹਨਾਂ ਦੀ ਵੀ ਕੋਈ ਇੱਥੇ ਜ਼ਿੰਮੇਦਾਰ ਹੈਗੇ ਆ ਨਾਲ? ਹਾਂ, ਐਵੇਂ ਉਹਨਾਂ ਦੇ ਜ਼ਿੰਮੇਦਾਰ ਆ, ਇਹ ਜ਼ਮੀਨਾਂ ਹੀ ਆ ਦੀਆਂ। ਹਾਂਜੀ, ਤੇ ਉਹਨਾਂ ਦੇ ਨਾਲ ਵੀ ਤੁਸੀਂ ਉਹਨਾਂ ਦੇ ਵੀ ਕੰਮ ਕਰਦੇ ਰਹੇ ਜੇ? ਕਰਦੇ ਨੇ, ਉਹ ਸਾਨੂੰ ਮਾਂ ਪਿਓ ਕਰਦਾ ਰਿਹਾ। ਅੱਛਾ, ਹਾਂਜੀ, ਸਿੱਖਾਂ ਦੇ ਵਿੱਚ ਰਹੇ ਨੇ ਸਿੱਖ, ਅਸੀਂ ਉਹਨਾਂ ਦੇ ਨਾਲ ਇਕੱਠੇ ਰਹੇ ਹਾਂ ਮੁੜ ਪਿੱਛੇ ਤਾਂ। ਅੱਛਾ, ਹਾਂਜੀ, ਤੇ ਤੁਹਾਡਾ ਵੀ ਕਿਸੇ ਬੰਦੇ ਨਾਲ ਤਲਕ ਹੈਗਾ ਜਾਤੀ ਤੌਰ ਤੇ? ਤੇਰੀ ਕਿਸੇ ਨਾਲ ਸਵਾਲ ਹੁੰਦਾ ਹੈ? ਇੱਥੇ ਆ ਸਾਹਮਣੇ, ਇੱਥੇ ਆ ਜਿਹੜੇ ਇੱਥੇ ਰਹਿੰਦੇ ਸੀ ਕਿਰਾੜ ਤੇ ਆਏ ਸੁਨਾਰੇ ਹਿੰਦੂ, ਇਹਨਾਂ ਨਾਲ ਸਾਡਾ ਤੁਹਾਡਾ ਦੇਣਾ ਲੈਣ ਦੇਣ ਹੈਗਾ ਸੀ। ਬੰਦੇ ਕੀ ਹੋ ਗਿਆ ਹੈ? ਬੰਦੇ ਤਾਂ ਚੰਗੇ ਹੈ, ਅੱਲਾ ਪਾਕ ਦਾ ਨਾਂ ਚੰਗਾ ਹੈ, ਅਸਲ ਬੰਦੇ ਠੀਕ ਹੈ, ਉਹਨਾਂ ਲੁੱਤ ਕੁੱਤ ਨਹੀਂ ਕਰਨੀ। ਅੱਛਾ, ਗਾਲ ਨਹੀਂ ਕਿਸੇ ਨੂੰ ਦੇਣੀ, ਆਪਾਂ ਤਾਂ ਪਟੱਕ ਦਿੰਦੇ ਹਾਂ ਨਾ ਉਸੇ ਵੇਲੇ, ਉਹਨਾਂ ਸੋਚ ਕੇ ਗੱਲ ਕਰ। ਉਹ ਬੰਦੇ ਇਹ ਜੇ ਸਨ, ਉਹ ਜ਼ਮਾਨਾ ਬੜਾ ਸੀ। ਅੱਛਾ, ਹੁਣ ਹਾਲਤ ਬਿਲਕੁਲ ਥੋੜ੍ਹੀ, ਕੋਈ ਹਾਲ ਨਹੀਂ, ਤੇਰੇ ਕੋਲ ਮੈਂ ਖੜਾ ਨਾ ਕਰ ਕੀ ਗੱਲ ਕਰਦੇ ਪਏ, ਦਿਲ 'ਚ ਵੜ ਜਾਂਦੀ ਕਾਹੀ ਹੈ। ਅੱਛਾ, ਆਪਣੇ ਦਿਲ ਸੱਚ ਹੈ, ਦਿਲ 'ਚ ਹੋਵੇ ਸੱਚ ਜਿੱਥੇ ਵਰਤੀ ਜਾ ਕੇ ਨੱਚ। ਵਾਹ, ਉਹ ਵਕਤ ਤੇਰੇ ਦਿਲ ਨੂੰ ਚੰਗਾ ਲੱਗਦਾ ਜਾਂ ਉਹ ਤੈਨੂੰ ਯਾਦਾਂ ਹੈ? ਜਿਹੜਾ ਦਿਲ ਨੂੰ ਚੰਗਾ ਲੱਗਦਾ ਹੈ ਨਾ ਉਹ ਚੰਗਾ ਹੀ ਹੈ, ਜਿਹੜਾ ਦਿਲ ਨੂੰ ਨਾ ਚੰਗਾ ਲੱਗੋ ਨਹੀਂ ਚੰਗਾ। ਦਾਦੇ ਜਦੋਂ ਇਹਦਲੇ ਹਿੰਦੂ ਤੇ ਸਿੱਖ ਉਹਦੇ ਚਲੇ ਗਏ ਨੇ ਹਿੰਦੁਸਤਾਨ, ਹਾਂਜੀ, ਤੇ ਉਦੋਂ ਦਾਦੇ ਕੀ ਉਸ ਟਾਈਮ ਦਿਲ ਦੇ ਵਿੱਚ ਕੀ ਖਿਆਲ ਹੈਗਾ ਵੀ ਇਹ ਜਾਵਣ ਜਾਂ ਨਾ ਜਾਵਣ? ਉਹਦੇ ਦਿਲ ਇਵੇਂ ਕਰਦਾ ਵਿੱਚ ਚੰਗਾ ਤਾਂ ਇਹ ਵੀ ਰਹਿ, ਪਰ ਹੁਣ ਨਹੀਂ ਉਹ ਜਿਹੜਾ ਗੌਰਮੈਂਟ ਨਹੀਂ ਖਲੋਣ ਦਿੱਤਾ, ਉਹਨਾਂ ਤੁਸੀਂ ਆਪਦੇ ਘਰ ਜਾਓ ਅਤੇ ਉਹਨੂੰ ਚਲੋ ਇੱਧਰ ਆ, ਆ ਜਿਹੜੇ ਨੇ ਆਪਣੇ ਆ ਜਮੀਲ ਕੇ
ਇਹ ਵੀ ਉਹ ਦੂਜੇ ਨੇ ਉਹਨਾਂ ਤੋਂ ਪੁੱਛੀ ਤੁਸੀਂ ਕਿੱਥੋਂ ਨੇ ਅੱਛਾ ਮਨਸ਼ਾ ਇਹ ਉਹ ਤੋਂ ਪੁੱਛੇ ਵੀ ਤੁਸੀਂ ਇਹਨਾਂ ਦਾ ਰਿਸ਼ਤੇਦਾਰ ਕੰਮੇ ਬੈਠੇ ਨੇ ਉਹਨਾਂ ਤੋਂ ਪੁੱਛੇ ਵੀ ਤੁਸੀਂ ਕਿੱਥੋਂ ਆਏ ਅੱਛਾ ਉੱਥੇ ਦੱਸਾਂਗੇ ਅਸੀਂ ਫਲਾਣੀ ਥਾਂ ਰਹਿੰਦੇ ਸੀ ਅੱਛਾ ਉੱਥੋਂ ਆ ਤੇ ਜਿਹੜੇ ਮੁਸਲਮਾਨ ਉਦੋਂ ਇੱਧੇ ਸਫ਼ਰ ਕਰਕੇ ਆਏ ਸੀ ਹਾਂ ਉਹਨਾਂ ਦੇ ਹਾਲਾਤ ਕੀ ਹੋ ਜੇ ਗਿਆ ਜਗ੍ਹਾ ਪੂਰੇ ਪੂਰੇ ਹਾਲਾਤ ਬੜੇ ਪੈਰੇ ਇਹ ਵਿਚਾਰੇ ਪੱਟ ਕੱਪੜੇ ਦੇ ਬੁਰੇ ਨਾ ਕਸ਼ ਗਾਲ ਚ ਹੋਵੇ ਆਪ ਹਰ ਸ਼ੇ ਉਹ ਵੀ ਚੜ ਗਿਆ ਇਹ ਸਿਰਫ ਹਿੰਦੂਆਂ ਦਾ ਉਦਲੇ ਹਿੰਦੂ ਤੇ ਇਧਲੇ ਹਿੰਦੂ ਜਿਹੜੇ ਆਪਣੇ ਵਾਲਾ ਸਾਬਰ ਲੰਘੇ ਨੇ ਉਦੋਂ ਚੱਲੇ ਤੇ ਇੱਥੇ ਆ ਗਏ ਇੱਥੇ ਹੁੰਦਾ ਸੀ ਇੱਕ ਸਹਿ ਆਏ ਨੇ ਇੱਕ ਨਹੀਂ ਆਏ ਬੜੇ ਆਏ ਨੇ ਅੱਛਾ ਇੱਥੇ ਅੱਧੇ ਪਿੰਡ ਨਾਲੋਂ ਘਣੇ ਉਦੋਂ ਬੰਦੇ ਆਏ ਸਨ ਜਿਹੜਾ ਉਹ ਸਾਰਾ ਕੁਛ ਛੱਡ ਕੇ ਆਏ ਨੇ ਅੱਛਾ ਇਹ ਤੇਲੀ ਇਹ ਸਾਰੇ ਵੀ ਇਹ ਉਧਰ ਹੀ ਹੈ ਹਿੰਦੁਸਤਾਨ ਅੱਛਾ ਤੈਨੂੰ ਸਾਬਾ ਦੱਸਿਆ ਕਿਉਂ ਬਈ ਤੁਸੀਂ ਕਿੱਥੋਂ ਆਏ ਜੀ ਕਿਵੇਂ ਕੀ ਗੱਲ ਹੋਈ ਸੀ ਉਹ ਤੈਨੂੰ ਦੱਸੇਗਾ ਉਦੋਂ ਉਹ ਵੀ ਪੁੱਛ ਰਹੇ ਸਨ ਮੁਸਲਮਾਨੀ ਬਈ ਇਸ ਤਰ੍ਹਾਂ ਅਸੀਂ ਆਏ ਹਾਂ ਇਸ ਤਰ੍ਹਾਂ ਸਾਡੇ ਨਾਲ ਹੋਈ ਹੈ ਅਤੇ ਸਾਨੂੰ ਉਦੋਂ ਭਜਾ ਦਿੱਤਾ ਹੈ ਜਿਹੜੇ ਇਦੋਂ ਗਏ ਇਹ ਵੀ ਗਏ ਆਪਣੇ ਲਹਾਈ ਥੋੜ੍ਹੇ ਪੰਜ ਚਾਰ ਹੈਗੇ ਸਨ ਇੱਥੇ ਬਸ ਜਿਸਲੇ ਉਹ ਮੁਸਲਮਾਨ ਉਦੋਂ ਇੱਧਰ ਆਏ ਨੇ ਇੱਥੇ ਹਾਂਜੀ ਉਦੋਂ ਉਹਨਾਂ ਕਿਸੇ ਦੇ ਨਾਲ ਪਿੰਡ ਵਾਲਿਆਂ ਲੋਕਾਂ ਨੇ ਜਾਂ ਇੱਥੋਂ ਲੋਕ ਆਪਣੇ ਮੁਸਲਮਾਨਾਂ ਨੇ ਉਹਨਾਂ ਦੇ ਨਾਲ ਕਿਵੇਂ ਦਾ ਤਾਰਮਣ ਕੀਤਾ ਹੈ ਤਾਰਮਣ ਕੀਤਾ ਨੇ ਵਿਚਾਰਿਆਂ ਨੇ ਜਿਹੜਾ ਪੁੱਜਿਆ ਸਾਰਿਆ ਇਹਨਾਂ ਨੂੰ ਸਾਰਿਆਂ ਇਹ ਮੁਸਲਮਾਨ ਉਦੋਂ ਹੋ ਗਏ ਇਹ ਵੀ ਆਏ ਨੇ ਹਿੰਦੁਸਤਾਨ ਵਿੱਚੋਂ ਆਏ ਨੇ ਵੀ ਮੁਸਲਮਾਨ ਸਨ ਇੱਕ ਰੋਸ਼ਨ ਦੀ ਚੱਲਦੇ ਹੁੰਦਾ ਸੀ ਉਹ ਵੀ ਇੱਥੇ ਆ ਗਏ ਆਹ ਮਨਸ਼ੇ ਕਿਤੇ ਇੱਥੇ ਰਹਿ ਗਏ ਜਮੀਨ ਕਿੱਥੇ ਰਹਿ ਗਏ ਸਵਰਾਜ ਕਿੱਥੇ ਰਹਿ ਗਏ ਆਹ ਮੀਆਂ ਲਜ਼ੀਰ ਆਹ ਜਿਹੜਾ ਹੈਗਾ ਹੈ ਅਸਲਮ ਤੇ ਪਾਬਣਾ ਆਉਣਾ ਇਹ ਵੀ ਉਦੂ ਨੇ ਇਹ ਸਾਰੇ ਇੱਕੋ ਨੇ ਚਲੋ ਇਹ ਤਾਂ ਇੱਕ ਪੂਰਾ ਖਾਨਦਾਨ ਆ ਗਿਆ ਹਾਂ ਜੀ ਤੇ ਉਸ ਵਕਤ ਦੇ ਵਿੱਚ ਇਹਨਾਂ ਸਾਰਿਆਂ ਦਾ ਵਿਆਹਾਂ ਖੁਸ਼ੀਆਂ ਗਮੀਆਂ ਤੇ ਆਵਣ ਜਾਵਣ ਹੁੰਦਾ ਸੀ ਲੋਕਾਂ ਦਾ ਇਕੱਠਾ ਗਰੀਬ ਹੋ ਕੇ ਆਏ ਨੇ ਮੈਂ ਪਹਿਲਾਂ ਵਿਆਹਾਂ ਖੁਸ਼ੀਆਂ ਤੇ ਆਵਣ ਜਾਵਣ ਹੁੰਦਾ ਸੀ ਲੋਕਾਂ ਦਾ ਹਾਂ ਜੀ ਇੱਥੇ ਆਪਸ ਵਿੱਚ ਹੁੰਦਾ ਤਾਂ ਤੇ ਹੁਣ ਤਾਂ ਨਹੀਂ ਨਾ ਨਹੀਂ ਉਹਦਾ ਹੁੰਦਾ ਸੀ ਕਾਹੇ ਆਉਣਾ ਜਿਹੜੀ ਉੱਥੇ ਰਹਿ ਗਏ ਉਦੋਂ ਕੋਈ ਵੀ ਨਹੀਂ ਆ ਰਿਹਾ ਇਹ ਤਾਂ ਉਦੋਂ ਜਿਹਨੇ ਛੁੱਟੇ ਨੇ ਵੇਲੇ ਬੰਦਿਆਂ ਭਜਾਇਆ ਮਿਲਟਰੀ ਵਾਲਿਆਂ ਉਹਨੇ ਭੱਜ ਗਏ ਇੱਧਰ ਆ ਗਏ ਉਹਨੇ ਉੱਥੇ ਨਹੀਂ ਰਹਿਣ ਦਿੱਤਾ ਉਹ ਹਿੰਦੁਸਤਾਨ ਆਇਆ ਨਹੀਂ ਰਹਿਣ ਦਿੱਤਾ ਅੱਛਾ ਹਾਂਜੀ ਪਤਾ ਹੀ ਮੈਨੂੰ ਤਾਂ ਥੋੜ੍ਹਾ ਥੋੜ੍ਹਾ ਸੰਭਾਲਾ ਅਮਰੋਹੀ ਉਹ ਤੇ ਰੁਪਈਏ ਲੱਗ ਗਏ ਖੱਟੇ ਅੱਛਾ ਨਿਸ਼ਾਨੀਆਂ ਲੱਗ ਗਏ ਰੁਪਈਆਂ ਦੀਆਂ ਅੱਛਾ ਉਹ ਵੀ ਤੁਸੀਂ ਵੇਖੀਆਂ ਉਹ ਮੈਂ ਵੇਖੀਆਂ ਉਹ ਕਿਵੇਂ ਲੱਗ ਗਈਆਂ ਉਹ ਅੱਲਾਹ ਨੂੰ ਅਮਰੋ ਅੱਛਾ ਹਾਂਜੀ ਕਿੱਥੇ ਲੱਗੀ ਰੁਪਈਏ ਬਣ ਗਏ ਬਾਜ਼ਾਰ ਵਿੱਚ ਅੱਛਾ ਹਾਂ ਅਸੀਂ ਆਪ ਅੱਖੀ ਜਾਵੇ ਨਿਸ਼ਾਨ ਲੱਗ ਗਿਆ ਸੀ ਥੱਲੇ ਹਾਂਜੀ ਨਿਸ਼ਾਨ ਪੂਰੇ ਲੱਗ ਗਏ ਫਿਰ ਉਹ ਮਿਟ ਗਏ ਉਹ ਮਿਟ ਵੀ ਗਏ ਅੱਛਾ ਉਹਦਾ ਪੈਸਿਆਂ ਦੀ ਕੀ ਔਕਾਤ ਹੈਗੀ ਆ ਉਹਦੇ ਪੈਸੇ ਦੀ ਔਕਾਤ ਪੈਸਾ ਲੱਭਦਾ ਹੀ ਨਹੀਂ ਦੁਪੜਾ ਰੁਪਈਆ ਹੁੰਦਾ ਸੀ ਆਨੇ 16 ਹੁੰਦੇ ਸਨ ਅੱਛਾ ਦੁਆਨੀਆਂ 8 ਹੁੰਦੀਆਂ ਸਨ ਹੈਂਜੀ ਅੱਛਾ ਉਹ ਰੁਪਈਏ ਅਜੇ ਤੂੰ ਨਹੀਂ ਦਿੱਠਾ ਨਹੀਂ ਸਾਨੂੰ ਤਾਂ ਪਤਾ ਹੈ ਅੱਛਾ ਤੇ 8 ਆਨੇ 4 ਆਨੇ ਢੇਲਾ ਦਮੜੀ ਆਹ ਦਮੜੀ ਜਿੱਡਾ ਹੁਣ ਸਮਝੇ ਤਾਂ 5 ਰੁਪਈਏ ਨਿਕਲੇ ਨੇ ਇਹ ਦਮੜੀ ਜਿੱਡੇ ਨਿਕਲੇ ਜਿਹੜਾ ਹੁਣ ਆਪਣਾ ਹੋਣਾ 5 ਰੁਪਈਆ ਐਡਾ ਐਡੇ 8 ਆਨੇ ਹੁੰਦੇ ਸਨ ਦੁਪੜੇ ਪੈਸੇ ਚਾਂਦੀ ਦੇ ਇਹਨਾਂ ਆਖੇ ਵੀ ਲੋਹੇ ਦੇ ਉਹਦਾ ਚਾਂਦੀ ਦੇ ਚਾਂਦੀ ਦੇ ਸੀ ਉਦੋਂ ਰੁਪਈਏ ਚਾਂਦੀ ਦੇ ਸੀ ਅੱਲਾ ਦੇ ਬੰਦਿਆ ਤੇ ਖੇਡਾਂ ਕਿਹੜੀਆਂ ਪੰਜਾਬ ਦੇ ਵਿੱਚ ਖੇਡੀਆਂ ਜਾਂਦੀਆਂ ਖੇਡਾਂ ਕੀ ਕਰਦੇ ਨਹੀਂ ਲੋਕ ਉਹਦਾ ਸੁਣਿਆ ਕਬੱਡੀ ਖੇਡਦੇ ਸੀ ਜ਼ਿਆਦਾ ਸ਼ੌਕ ਨਾਲ ਹੁਣ ਤਾਂ ਗੇਂਦ ਬੈਟ ਆ ਗਏ ਫੁੱਟਬਾਲ ਆ ਗਏ ਨਵੀਂ ਨਵੀਂ ਸ਼ਈਆਂ ਆ ਗਈਆਂ ਉਹਦਾ ਕਬੱਡੀ ਹੁੰਦੀ ਸੀ ਜਾਂ ਉਹਦਾ ਵੀ ਕਬੱਡੀ ਖੇਡਦੇ ਸੀ
ਨਾ ਕਿਸੇ ਪੈਸੇ ਨਾਲ ਖੇਡਿਆ, ਕਬੱਡੀ 'ਚ ਸਵਾਲ। ਤੇ ਨਾਲਿਆਂ ਦਾ ਕੀ ਰੇਟ ਹੁੰਦਾ ਸੀ? ਨਾਲਿਆਂ ਦਾ 2 ਰੁਪਏ 3 ਰੁਪਏ 12 ਵਾਲੇ ਮੰਨਦੇ ਗੱਲ ਕਰ। ਉਦੋਂ ਜਿਹੜਾ ਹੁਣ ਕਿੱਲਾ 50-60 ਮਣ ਦਾ ਨਿਕਲਦਾ ਹੈ, ਹਾਂਜੀ, ਉਦੋਂ ਕਿੱਲਾ ਕਿੰਨੀ ਕਣਕ ਨਿਕਲ ਆਉਂਦੀ? ਕਿੱਲਾ 6-8-9 ਮਣ ਬਸ। ਉਹ ਦਾਣੇ ਬੜੇ ਨੇ ਅਰਲੀ ਬੁੱਕ ਦੇ, ਉਹ ਦਾਣੇ ਜਿਹੜੇ ਸਨ ਉਹ ਦਾਣੇ 8-9 ਮਣ ਕਿੱਲਾ ਨਿਕਲੇ ਤੇ ਟੱਬਰ ਨੂੰ ਸਾਂਭ ਲੈ, ਇੰਨੀ ਉਹ ਵਧੀ ਸੀ ਕਣਕ। ਹਾਂ ਹੁਣ ਤਾਂ ਭਾਵੇਂ 100 ਮਣ ਵੀ ਹੋ ਜਾਵੇ ਤਾਂ ਕੁਛ ਵੀ ਨਹੀਂ, ਇਹਦੇ ਗੱਲ ਨਹੀਂ, ਬਿਲਕੁਲ ਕੁਛ ਵੀ। ਤੇ ਉਦੋਂ ਆ ਆਪਣਾ ਦੇਸੀ ਘਿਓ ਇਹਦਾ ਹੱਥ ਨਾਲ ਮੈਂ ਆਪ ਲਿਆ 5 ਰੁਪਈਏ ਕਿਲੋ। ਤੇ ਹੁਣ ਕਿੱਥੇ ਜਾ ਪਈ? ਹੁਣ 1200 ਨੂੰ ਕਿਲੋ ਹੋਇਆ। ਸ਼ਾਬਾਸ਼ ਇਹਨਾਂ ਸਾਨੂੰ ਇੱਥੇ ਜਿਹੜੇ ਨਿੱਕੇ ਨਿੱਕੇ ਆਏ ਤੇ ਸਾਨੂੰ ਛਾਪ ਵਾਲਾ ਸਾਂਭਿਆ, ਅਮੀਰ ਹਕੀਮ ਦਾ ਤੇ ਅਬਸ਼ੀਰ ਉਮਰ ਕੇ। ਅੱਛਾ, ਇਹਨਾਂ ਸਾਨੂੰ ਸਾਂਭਿਆ ਇਹਨਾਂ ਜਾਂ ਹਕੀਮ ਦਾ, ਹਕੀਮ ਸਾਰੇ ਠੀਕ ਠਾਕ। ਉਹਦਾ ਡਾਕਟਰ ਹੁੰਦੇ ਆ ਕੋਈ? ਕੋਈ ਨੀ, ਭੁੱਲ ਨਿਕਲਾ ਵਾਜਾ, ਹੁਣ ਪਤਾ ਕੀ ਹੈ, ਹੁਣ ਬੁਖਾਰ ਹੋ ਗਿਆ ਨਾ, ਜਾ ਗੁੜ ਦਾ ਸਰਬਤ ਲਿਆ ਕਰਕੇ, ਗੁੜ ਦਾ ਸਰਬਤ ਨਾਲ ਤਾਪ ਗਿਆ, ਗੁੜ ਦੇ ਸ਼ਰਬਤ ਨਾਲ ਉਹ ਪੀ ਲਓ। ਅੱਛਾ, ਤਾਪ ਗਿਆ, ਹੁਣ ਤਾਂ ਭਾਵੇਂ ਹੁਣ ਗੁੜ ਖਾ ਵੀ ਲਵੋ ਤੇ ਨਹੀਂ ਲੈਣਾ, ਲੈ ਹੁਣ ਬੁਖਾਰ ਬਦਲ ਗਿਆ ਜਾਂ ਤਰੀਕਾ ਬਦਲ ਗਿਆ? ਉਹ ਗੁੜ ਇਹਨਾਂ ਗੁੜਾਂ ਨੂੰ ਨਹੀਂ ਮਿਲਦੇ, ਉਹ ਕੀ ਵਜ੍ਹਾ ਹੈ? ਬੰਦੇ ਵਜ੍ਹਾ ਸੀ, ਉਹ ਬੰਦੇ ਗੁੜ ਬਣਾ ਗਏ ਨੇ। ਇਹ ਹੁੰਦਾ ਸੀ ਸਰਕਣਾ ਗੁੜ, ਮਿੱਠਾ ਮਿੱਠਾ ਗੁੜ ਤਾਂ ਬੜਾ ਚੰਗਾ, 5 ਰੋੜੀਆਂ ਖਾ ਜਾ। ਅੱਛਾ, ਪਤਾ ਨਹੀਂ ਲੱਗਦਾ ਖਾਧਾ ਖੰਡਾ ਹੀ ਦੁਆਈ ਦੀ ਕੋਈ ਰੋੜੀ ਹੋਣ ਲਿਆ ਤਾਂ ਚਲੋ ਖਮੀਣੀ ਉਹ ਵੀ ਕੋਈ ਰੰਗ ਪਾ ਰੰਗ ਘੱਟ ਪਾ ਪਾ ਕੇ ਗੋੜੇ ਨਾਲ ਫੜਾ ਪਾ ਦਿੱਤਾ, ਰੰਗ ਕੱਢੀਏ ਪੈਸੇ ਨਹੀਂ ਹੁੰਦੇ ਨੇ, ਫਿਰ ਵਾਹ ਵਾਹ ਚੋਖੇ ਪੈਸੇ ਨਹੀਂ ਪੈਂਦੇ। ਹੁਣ ਕੋਈ ਗੱਲ ਨਹੀਂ, ਗੱਲ ਨਹੀਂ ਪੈਂਦੀ, ਸਾਹ ਚੜਿਆ ਪਿਆ। ਮੁੰਜੀ 6-7 ਰੁਪਈਏ ਰਹੀ, ਕਿੰਨੀ ਨਿਕਲਦੀ ਸੀ? ਰਥਵਾ ਚਿੱਟੇ ਪਲ ਬਣ ਛਪੈਦਾ 5-6 ਰੁਪਈਏ 7 ਰੁਪਈਏ ਬਣ। ਉਹ ਕਿੱਲਾ ਕਿੰਨੀ ਨਿਕਲ ਜਾਂਦੀ? ਉਹ ਕਿੱਲਾ ਨਿਕਲ ਜਾਂਦਾ ਸੀ ਅੱਲਾ ਦੇ ਬੰਦੇ ਕੋ, ਟੋਪਿਆਂ ਦੇ 15 ਮਣ 16 ਮਣ 15 ਮਣ 16 ਮਣ ਨਿਕਲ ਜਾਂਦੇ ਸੀ ਤੋਲਾ ਦੇ, ਨਹੀਂ ਟੋਪਿਆਂ ਦੇ। ਅੱਛਾ, 5-6 ਹੋ ਜਾਣ 10 ਮਣ ਮਾਰਦੇ ਨੇ ਹੈਜੀ, ਤੁਹਾਡੇ ਦੇ ਕਿੱਲੇ ਦੇ ਇੰਨਾ ਕੁਛ ਨਿਕਲਦਾ ਤੇ ਖੂਹਾਂ ਦੇ ਪਾਣੀ ਦਿੰਦੇ ਸੀ, ਕੱਲਾ ਢੋ ਕੇ ਵਿੱਚ ਪਾਉਣਾ ਤੇ ਖੂਹ ਜੋ ਕੇ ਤੇ ਉਹ ਮੁੰਜੀ ਪਕਾਉਣੀ। ਤੁਹਾਡੇ ਖੂਹੇ ਕਹਿੰਦੇ ਨੇ ਇੱਥੇ ਜਦੋਂ ਇਸ ਪਿੰਡ 'ਚ ਸਾਰੇ ਖੂਹ ਚੱਲਦੇ ਸੀ, ਮੈਨੂੰ ਸਾਰਾ ਖੂਹਾਂ ਦਾ ਪਤਾ ਹੈ। ਖੂਹਾਂ ਦਾ ਨਿਜ਼ਾਮ ਕਿਵੇਂ ਦਾ? ਪਾਣੀ ਜਿੰਨਾ ਹੁਣ ਟਿਊਬਵੈਲ ਦਿੰਦਾ ਹੈ, ਹਾਂਜੀ, ਜਿੰਨਾ ਟਿਊਬਵੈਲ ਦਾ ਪਾਣੀ ਹੈ ਇੰਨਾ ਖੂਹ ਦਾ ਪਾਣੀ ਹੁੰਦਾ ਕਿ ਨਹੀਂ? ਪਾਣੀ ਟਿਊਬਵੈਲ ਤੂੰ ਕਿਉਂ ਇਹਦੇ ਵਿੱਚ ਟਿੰਡਾ ਨੇ ਪਾਣੀ ਓਨਾ ਹੀ ਹੋ ਜਾਂਦਾ ਹੈ, ਜਿਹੜੇ ਟਿੰਡਾ ਭਰੀ ਕੇ ਬਾਹਰ ਆਉਂਦੇ ਨੇ 100-150 ਰੁਪਏ ਟਿੰਡ ਪਾਉਂਦੀ ਹੈ ਮਾਲ ਵਿੱਚ। ਅੱਛਾ, ਤੇ ਟਿੱਕੇ ਜੋ ਦੇਣੇ ਪਾਰਸ਼ਦ ਪਾਣੀ ਲਗਾ ਜਾਣਾ, ਪਾਣੀ ਟੂਰ ਜਿੰਨੀ ਤੇ ਓਨਾ ਹੀ ਕੱਢਦਾ ਹੈ। ਮੈਂ ਟੂਰ ਕੱਢਦਾ ਨਾ ਪਾਣੀ, ਹਾਂ ਹਾਂ, ਓਨਾ ਹੀ ਉਹ ਚੱਲਦਾ ਸੀ ਉਹਦੇ ਵਿੱਚ, ਓਡੀ ਖਾਲੀ ਉਹ ਭਰੀ ਨਹੀਂ ਸੀ, ਏਡੀ ਖਾਲੀ ਉਹਨੇ ਭਰੀ ਨਹੀਂ ਸੀ, ਇਵੇਂ ਦੀ ਗੱਲ। ਹਾਂ ਹਾਂ, ਹੁਣ ਆਪਣੇ ਖੂਹ 'ਤੇ ਔਰ ਖਾਲੀ ਬਣੀ ਹੋਈ ਹੈ, ਹਾਂਜੀ, ਬਸ ਇੰਨਾ ਖੂਹ ਦਾ ਪਾਣੀ ਤੂੰ ਤਾਂ ਵੇਖਿਆ ਨਹੀਂ, ਹੁਣ ਤੁਹਾਡਾ ਖੂਹ ਉੱਜੜ ਗਿਆ, ਉਹ ਤੂੰ ਵੇਖਿਆ ਵਗਦਾ ਨਹੀਂ? ਨਹੀਂ ਪਰ ਵੇਖਿਆ, ਆ ਕਾਇਮ ਕੇ ਹੁਣ ਤਾਂ ਜੋ ਹੀ ਰੱਖਿਆ ਹੋਇਆ, ਹੁਣ ਜਾ ਖਤਮ ਕੀਤਾ ਨੇ ਇਹਨਾਂ ਸਾਰਸ ਪਿੱਛੇ ਖਤਮ ਕੀਤਾ। ਤੇ ਉਹ ਕਿੱਲਾ ਕਿੰਨੇ ਕੁ ਚਿਰ ਪਾਣੀ ਦਾ ਬੀਜ ਹੋ ਜਾਂਦਾ ਹੋਣਾ? ਕਿੱਲਾ ਦਾ
ਔਰ ਮੈਂ ਤਾਂ ਕਿਤੇ ਸਵੇਰੇ ਜਾਣਾ ਮੰਗਾ ਹੈ, ਹਾਂ ਸ਼ਾਮ ਹੋ ਜਾਂਦੀ, ਸ਼ਾਮ ਨੂੰ ਕਿੱਲਾ ਸ਼ਾਮ ਹੋ ਜਾਂਦੀ, ਸ਼ਾਮ ਨੂੰ ਕਿੱਲਾ ਕਿੱਲਾ ਖੋੜ ਕੇ ਤਾਂ ਫੇਰ ਹੀ ਉਹਨੇ ਛੱਡਣੇ ਨੇ। ਨਹੀਂ ਹੁਣ ਕਿੱਲਾ ਸਮੇਂ ਲੋਕ 8-10 ਘੰਟਿਆਂ ਵਿੱਚ ਹੁੰਦਾ ਹੈ, ਉਦੋਂ ਹੁੰਦਾ ਸੀ, ਹੁਣ ਤਾਂ 4 ਘੰਟਿਆਂ ਵਿੱਚ ਕਿੱਲਾ ਹੋ ਜਾਂਦਾ ਹੈ। ਐਵੇਂ ਗੱਲ, ਇਹਦਾ ਮਤਲਬ ਟਿਊਬਵੈਲ ਦਾ ਪਾਣੀ ਉਹਦੇ ਨਾਲੋਂ ਜ਼ਿਆਦਾ ਹੈ। ਜ਼ਿਆਦਾ ਉਹ ਸਰਦਮਾ ਜ਼ਿਆਦਾ ਹੀ ਹੈ, ਕਿਉਂ ਹੁਣ ਦੂਰ ਪਾਣੀ ਹੋਵੇ ਦੂਰ, ਉਹਨੇ ਕੀ ਮੁੜ ਪਰੀਜਣਾ ਹੈ, ਖੂਹ ਦੇ ਪਾਣੀ ਨਾਲ ਦੂਰ ਹੋਵੇ ਤਾਂ ਉਹਨੇ ਕੀ ਪਰੀਜਣਾ, ਸ਼ਾਮ ਹੀ ਹੋਣੀ। ਹੁਣ ਆਪਣੇ ਤਾਂ ਨੇੜੇ ਨੇੜੇ ਨੇ, ਪੈਰੀਆਂ ਨੇੜੇ ਨੇੜੇ, ਟਿਊਬਵੈਲ ਛੱਡਿਆ ਚੱਲ ਵੀ 2 ਘੰਟੇ 'ਚ ਹੋ ਗਿਆ, ਫਰਕ ਹੈਗਾ ਸੀ ਹੁਣ ਦੇ ਡੰਗਰਾਂ ਵਿੱਚ ਤੇ ਉਹਨਾਂ ਪਿਛਲੇ ਡੰਗਰਾਂ ਵਿੱਚ? ਫਰਕ ਵੀ ਬੜੇ ਹੁੰਦੇ ਨੇ, ਆਖੇ ਕੋਈ ਡੰਗਰ ਹੁੰਦਾ ਤਰੀਖਾ, ਕੋਈ ਹੁੰਦਾ ਮੱਠਾ, ਇਹ ਵੀ ਫਰਕ ਪੈ ਜਾਂਦਾ। ਹੁਣ ਇੱਕ ਦੋ ਡੰਗਰ ਜੋ ਨੇ ਉਹ ਮੱਠੇ ਹੀ ਨੇ, ਉਹਨੇ ਹੌਲੀ ਹੌਲੀ ਟੁਰਨਾ, ਹੌਲੀ ਹੌਲੀ ਉਹਨਾਂ ਪਾਣੀ ਕੀ ਦੇਣਾ। ਮੈਂ ਗੱਲ ਇਹ ਕਰਦਾ ਪਿਆ ਵੀ ਜਿਹੜੀਆਂ ਅੱਗੇ ਮੱਝਾਂ ਗਾਵਾਂ ਆਉਂਦੀਆਂ ਸੀ, ਹਾਂਜੀ, ਤੇ ਹੁਣ ਦੀਆਂ ਮੱਝਾਂ ਗਾਵਾਂ ਵਿੱਚ ਕੋਈ ਫਰਕ ਤੁਹਾਨੂੰ ਮਹਿਸੂਸ ਹੋਇਆ? ਏਦਾਂ ਅਗਲੀਆਂ ਜਿਹੜੀਆਂ ਅਗਲੀਆਂ ਆ ਮੱਝੀ ਉਹਨਾਂ ਨੂੰ ਨਹੀਂ ਮਿਲ ਸਕਦੀਆਂ। ਅੱਛਾ, ਨਹੀਂ ਮਿਲ ਸਕਦੀ ਹੁਣ ਕੀ? ਹੁਣ ਆਪਾਂ ਖਾਦ ਪਾਉਣੇ ਆ, ਪੱਠਿਆਂ ਨੂੰ ਵੀ ਖਾਦ, ਭੋਏ ਵਿੱਚ ਵੀ ਖਾਦ, ਲੈਵੇ ਵਾਲੇ ਉਜੜੇ ਗਏ ਪੱਠੇ, ਉਹ ਤੂੰ ਉਹ ਸੱਟੋ ਖਾ ਗਿਆ, ਉਹ ਫੁੱਟ ਪੈਣਗੇ, ਇਹ ਮਾਰੇ ਮੋਹਰਾ ਹੀ ਖਾਂਦਾ ਪਿਆ ਉਰੇ ਕੀ। ਅੱਛਾ, ਇਹ ਖਾਦਾਂ ਕਦੋਂ ਕੋ ਆ ਕੇ ਬਣ? ਇਹ ਖਾਦਾਂ ਨਿਕਲੀਆਂ ਨੇ ਉਸਲੇ, ਆ ਜਿਹੜਾ ਮਸ਼ੇਰ ਹੈ ਜੁਰਾ, ਉਹ ਬੈਠਾ ਹੈ ਉੱਥੇ ਦਿੱਲੇ ਕਾ, ਉਸਨੇ ਦੁਕਾਨ ਪਾਈ ਜਿੱਥੇ। ਨਹੀਂ ਮੈਂ ਇਹ ਗੱਲ ਨਹੀਂ ਪੁੱਛਦਾ, ਮੈਂ ਪੁੱਛਦਾ ਪਿਆ ਵੀ ਖਾਦਾ ਕਿੰਨੇ ਕੁ ਸਾਲ ਹੋ ਗਏ ਨੇ ਆਮ ਹੋਈਆਂ ਨੇ? ਇਹ ਤਾਂ ਬੜਾ ਅਰਸਾ ਹੋ ਗਿਆ ਹੈ, ਉਸ ਨੇ ਮੈਂ ਨਾ 14-15 ਸਾਲਾਂ ਦਾ ਜਦੋਂ ਇਹ ਖਾਦ ਨਿਕਲੀ ਹੈ, ਜਦੋਂ ਇਹ ਖਾਦ ਨਿਕਲੀ ਹੈ, ਹੁਣ ਮੇਰੀ ਉਮਰ ਹੋ ਗਈ 80 ਸਾਲ। ਅੱਛਾ, ਇਹ ਵੀ ਸੋਲਾ ਕਿੰਨਾ ਚਿਰ ਹੋ ਗਿਆ, 15-16 ਕਿੱਥੇ ਤੇ 80 ਸਾਲ ਕਿੱਥੇ। ਉਸਨੇ ਇਹ ਖਾਦ ਨਿਕਲੀ ਹੈ, ਇਹ ਉਸਨੇ ਖਾਦ ਇਹੀ ਇਹਨਾਂ ਲਿਆਂਦੀ, ਇਹ ਮਸ਼ੀਰ ਇਹ ਦੁਕਾਨ ਪਾਈ ਹੋਈ ਹੈ, ਜਿਵੇਂ ਟੈਡੀ ਚਾਵਲ ਨਹੀਂ ਹੁੰਦੇ ਇਵੇਂ, ਉਹ ਖਾਦ ਨਿਕਲੀ ਸੀ ਪਹਿਲੇ 7 ਰੁਪਈਏ ਬੋਰੀ ਦੇ, ਉਹ ਬੋਰੀ ਸੱਟਦੇ ਆ ਉਹ ਜਿਸਲੇ ਕਣਕ ਨੂੰ, ਹਾਂ, ਤੇ ਉਹਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਵੀ ਰਿਜ਼ਲਟ ਵੱਧ ਗਿਆ, ਐਵਰੇਜ ਜ਼ਿਆਦਾ ਹੋ ਗਈ। ਬਿਲਕੁਲ, ਇਹਨੇ ਨਾ ਆ ਦੇ ਨਾ ਬੰਦੇ ਵੀ ਤੇਰੇ ਸਿਰ ਘੱਟਾ ਪਾ ਕੇ ਤੇਰੇ ਕੋਲ ਲੈਣ ਗਏ ਆਮਦਨ, ਘੱਟਾ ਪਾ ਕੇ ਲੈ ਲੈਣ, ਹੁਣ ਕਿੰਨੀ ਕਣਕ ਨਿਕਲਦੀ, ਕਿੰਨੀ ਖਾਦ ਲਾ ਲੈਣੇ, ਸਾਡੀ ਉਹ ਪਈ ਆ ਗਈ ਆ, ਗੁਆਰਾ ਆ ਗਿਆ, ਫਲਾਣੀ ਆ ਗਈ, ਲਾ ਵੀ ਲਾ ਕੇ ਲਾਓ। ਹੁਣ ਤਾਂ ਬੋਰੇ ਦੇ ਬੋਰੇ ਇੱਕ ਕਿੱਲੇ 7-7 ਬੋਰੇ ਠੋਕੇ ਖੜੇ ਨੇ, ਅਤੇ ਮੁੜ ਜਵਾਨੀ ਵੀ ਤਾਂ ਮੁੜ ਉਵੇਂ ਹੀ ਹੈ। ਹਾਂ, ਇਹ ਤਾਂ ਗੱਲ ਹੈ, ਜਵਾਨੀ ਵੀ ਓਨੀ ਹੋਈ ਹੈ ਬੰਦਿਆਂ ਦੇ। ਹੁਣ ਸਾਰੇ ਇੱਥੇ ਆਉਂਦੇ ਨੇ, ਹੁਣ ਲਾਏ ਅਸੀਂ ਤੁਹਾਡੇ ਹੱਥਾਂ 'ਤੇ ਜਾਂਬਾ ਹੈ, ਅਤੇ ਸਾਨੂੰ ਇਹਨੂੰ ਪੀੜ ਪਿਉਂਦੀ ਜੇ, ਇਹਨੂੰ ਪੀੜ ਪਿਉਂਦੀ, ਮੈਂ ਤਾਂ ਬਾਹਰ ਗਿਆ ਥਾਂ 'ਤੇ। ਹਾਂ, ਮੈਨੂੰ ਆਹ ਸਾਰੀ ਬਿਮਾਰੀ ਨਾ ਨਾ ਹੁੰਦੀ, ਬਿਲਕੁਲ ਮੈਂ ਠੀਕ ਠਾਕ। ਜਿਹੜੇ ਪੁਰਾਣੇ ਬੰਦੇ ਆਏ ਉਹਨਾਂ ਦੀ ਉਮਰ ਚੌਖੀ ਨਹੀਂ ਹੈਗੀ ਆਈ ਦੇ ਬੰਦਿਆਂ ਨਾਲੋਂ? ਹਾਂਜੀ, ਚੌਖੀ 100-100, 150-150 ਸਾਲ ਦੇ ਹੋ ਕੇ ਫੌਤ ਹੋਏ ਨੇ। ਹਾਂ, ਸਾਡਾ ਨੂਰ ਹੈ ਪਿਛਲੇ ਮੇਰਾ 107 ਸਾਲ ਦਾ ਹੋਇਆ, ਇਹਦੇ ਟੁਰ ਚੰਗਾ ਵਾਲਾ ਟੁਰਿਆ ਕਿਤਾ ਹੀ। ਅੱਛਾ ਅੱਛਾ, ਇਹ ਮੇਰੇ ਤੋਂ 32 ਸਾਲ ਵੱਡਾ ਹੈ। ਅੱਛਾ, ਹਾਂ, ਅਸਲ ਇਹਨਾਂ ਲੁੱਟ ਕੀਤੀ, ਇਹਨੂੰ ਤਾਂ ਪੁੱਛੀ ਅਸਲ ਲੁੱਟ ਕੀਤਾ ਸਾਇਆ ਸ਼ਾਇਦ ਅਸਾਂ ਕੀ ਉਸ ਸਾਨੂੰ ਕੀ ਪਤਾ। ਅੱਛਾ, ਚਲੋ ਇਸ ਦੇ ਨਾਲ ਹੀ ਅਸੀਂ ਇਜਾਜ਼ਤ ਲੈਂਦੇ ਹਾਂ ਬਾਬੇ ਅਲਾਦੀਨ ਤੋਂ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ।
ਰੱਬ ਰੱਖ।